ਨਵਾਂਸ਼ਹਿਰ ਪਹੁੰਚੀ ਸਾਬਕਾ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਨਵਾਂਸ਼ਹਿਰ ਵਿਧਾਨ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਡਾਕਟਰ ਨਛੱਤਰ ਪਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਉੱਥੇ ਹੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਮੌਜੂਦਾ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਵੱਲੋਂ ਜੋ ਲੁਧਿਆਣਾ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਜੋ ਬਿਆਨ ਦਿੱਤਾ ਹੈ ਉਹ ਬਹੁਤ ਹੀ ਘਟੀਆ ਹੈ, ਕਿਉਂਕਿ ਬਿਨਾਂ ਕਿਸੇ ਜਾਂਚ ਤੋਂ ਅਜਿਹੇ ਬਿਆਨ ਦੇਣਾ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੇ। ਉਹਨਾਂ ਨੇ ਨਾਲ ਹੀ ਕਿਹਾ ਕਿ ਪੰਜਾਬ ਵਿੱਚ ਹੋ ਰਹੀਆਂ ਬੇਅਦਬੀਆਂ ਨੂੰ ਠੱਲ ਪਾਉਣ ਵਿੱਚ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਤਜੁਰਬਾ ਤੇ ਕਿੰਨੀ ਅਕਲ ਹੈ ਕਿ ਜਾਂਚ ਅਜੇ ਹੋਈ ਨਹੀਂ, ਅਜੇ ਬੰਬ ਬਲਾਸਟ ਹੋਇਆ ਹੈਗਾ, ਉਹਦੇ ਵਿੱਚ ਬਲਾਸਟ 'ਚ ਕੀ ਸੀਗਾ, ਕਿੱਥੋਂ ਆਇਆ ਮਾਰ, ਕਿਹਨੇ ਕੀਤਾ। ਜਾਂਚ ਸ਼ੁਰੂ ਹੋਣ ਤੋਂ ਪਹਿਲੇ ਹੀ ਉਹਨਾਂ ਨੇ ਨਤੀਜਾ ਐਲਾਨ ਕਰਤਾ ਤੇ ਫਿਰ ਜਾਂਚ ਦੀ ਲੋੜ ਹੀ ਕੀ ਹੈ। ਇਸੇ ਤਰ੍ਹਾਂ ਇਹਨਾਂ ਨੇ ਨਸ਼ਿਆਂ ਦੇ ਨਾਲ ਕੀਤਾ, ਇਸੇ ਤਰ੍ਹਾਂ ਬੇਅਦਬੀ ਦੇ ਨਾਲ ਕੀਤਾ ਹੈ। ਅੱਜ ਮਾਵਾਂ ਦੇ ਪੁੱਤ ਨਸ਼ਿਆਂ ਦੇ ਨਾਲ, ਘਰ ਘਰ ਦਾ ਹੀ ਨਸ਼ਾ ਹੋਇਆ, ਬੱਚੇ ਮਰ ਰਹੇ ਨੇ। ਇਹਨਾਂ ਨਸ਼ਿਆਂ ਨਾਲ ਲੋਕਾਂ ਨਾਲ ਕੋਈ ਮਤਲਬ ਨਹੀਂ, ਆਪਣੀ ਸਿਆਸੀ ਰੰਜਿਸ਼ ਕੱਢਣੀ ਹੈ। ਇਸੇ ਤਰ੍ਹਾਂ ਗੁਰੂ ਦੇ ਉੱਤੇ ਜਿਹੜੇ ਹਮਲੇ ਹੋਏ, 5 ਸਾਲ ਅੱਜ ਤਾਈਂ ਉਹ ਦੋਸ਼ੀਆਂ ਨੂੰ ਨਹੀਂ ਫੜੇ, ਪਹਿਲੇ ਬਾਦਲਾਂ ਨੂੰ ਫੜਨਾ ਹੈਗਾ। ਇੰਨੀ ਵੱਡੀ ਬੇਅਦਬੀ ਦਰਬਾਰ ਸਾਹਿਬ 'ਚ ਹੋ ਕੇ, ਸਾਰਾ ਕੁਝ ਕੈਮਰਾ 'ਚ ਹੈਗਾ, ਚੱਕ ਕੇ ਬੰਦੇ ਨੂੰ ਹਫ਼ਤੇ 'ਚ ਲੱਭ ਨਹੀਂ ਸਕੇ, ਉੱਠ ਕੇ ਉਹਦਾ ਸੰਸਕਾਰ ਕਰਤਾ। ਤੇ ਇਸ ਤੋਂ ਹੋਰ ਘਟੀਆ ਰਾਜਨੀਤੀ ਕੀ ਹੋ ਸਕਦੀ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਕਿਹੜੇ ਪਾਸੇ ਜਾ ਰਹੀ ਹੈ? ਤੇ ਇਹ ਮੁੱਖ ਮੰਤਰੀ ਚੰਨੀ, ਉਹਦਾ ਪ੍ਰਧਾਨ ਠੋਕੋ ਤਾਲੀ, ਤੇ ਉਹਦੇ ਨਾਲ ਜਿਹੜਾ ਹੋਮ ਮਿਨਿਸਟਰ ਹੈ, ਇਹ ਕਿੰਨੇ ਨਿਕੰਮੇ ਨੇ ਕਿ ਇਹਨਾਂ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦਾ, ਵੀ ਸਿਆਸੀ ਰੰਜਿਸ਼ਾਂ ਵਾਲੀ ਇਹਨਾਂ ਦਾ ਧਿਆਨ ਰੱਖਿਆ। ਸਭ ਤੋਂ ਪਹਿਲੇ ਕੇਜਰੀਵਾਲ ਸਾਹਿਬ 5 ਸਾਲ ਕਿੱਥੇ ਸੀਗੇ? ਜਿਹੜੇ ਝੂਠੇ ਲਾਰੇ ਪੰਜਾਬ 'ਚ ਲਾ ਰਹੇ ਨੇ ਲੋਕਾਂ ਨੂੰ, ਉਹ ਦੱਸਦੇ ਨੇ ਕਿ ਉਹਨਾਂ ਲਾਰਿਆਂ ਵਿੱਚੋਂ 10 ਸਾਲਾਂ ਵਿੱਚ ਜਿੱਥੇ ਦਿੱਲੀ 'ਚ ਸਰਕਾਰ ਹੈ, ਕਿਹੜਾ ਉਹਨਾਂ ਨੇ ਲਾਗੂ ਕੀਤਾ? ਤੇ ਜਿਹੜੀ ਸਿਕਿਉਰਿਟੀ ਦੀ ਗੱਲ ਕਰ ਰਹੇ ਨੇ, ਤੇ ਇਹ ਤਾਂ ਦੁਨੀਆ 'ਚ ਤੇ ਦੇਸ਼ 'ਚੋਂ ਸਭ ਤੋਂ ਪਤਾ ਹੈ ਕਿ ਜੇ ਕੋਈ ਰੇਪ ਕੈਪੀਟਲ ਹੈਗਾ ਦੇਸ਼ ਦਾ, ਉਹ ਦਿੱਲੀ ਹੈਗੀ। ਤੇ ਕ੍ਰਾਈਮ ਬਿਊਰੋ ਦੀ ਰਿਪੋਰਟਾਂ ਤੋਂ ਦੇਖ ਲਓ, ਸਭ ਤੋਂ ਵੱਧ ਬਲਾਤਕਾਰ ਔਰਤਾਂ ਦੇ ਦਿੱਲੀ ਵਿੱਚ ਹੁੰਦੇ, ਜਿਹੜੇ ਦਿੱਲੀ ਦੀ ਸੁਰੱਖਿਆ ਨਹੀਂ ਕਰ ਸਕਿਆ, ਜਿਹੜੇ ਉੱਥੇ ਲੋਕਾਂ ਦੇ 300 ਯੂਨਿਟ ਬਿਜਲੀ ਨਹੀਂ ਮਾਫ਼ ਕਰਾਈ, ਬੀਬੀਆਂ ਦੇ ਖਾਤੇ 'ਚ ਪੈਸੇ ਨਹੀਂ ਦੇ ਸਕਿਆ, ਜਿਹੜੇ ਬੰਦੇ ਨੂੰ ਨਾ ਸਾਡੀ ਬੋਲੀ ਆਉਂਦੀ, ਨਾ ਸਾਡੇ ਰਸਤੇ, ਨਾ ਸਾਡੇ ਜ਼ਿਲ੍ਹੇ, ਨਾ ਦਰਿਆਵਾਂ ਦੇ ਨਾਂ, ਨਾ ਗੁਰੂਆਂ ਦੇ ਨਾਂ, ਇਹ ਬੰਦੇ ਨੇ ਇੱਥੇ ਤੱਕ ਕੀ ਸਵਾਰਨਾ ਹੈ? ਇਹਨੇ ਤਾਂ ਵੋਟਾਂ ਲੁੱਟ ਕੇ ਅੱਜ ਗੋਆ ਚੱਲਿਆ ਹੈ, ਕੱਲ੍ਹ ਉੱਤਰਾਖੰਡ ਚੱਲਿਆ ਹੈ, ਪਰਸੋਂ ਮਹਾਰਾਸ਼ਟਰ 'ਚ ਹੈ, ਤਰਸੋਂ ਯੂਪੀ 'ਚ ਹੈ। ਇਹ ਬੰਦਾ ਇਕੱਲੇ ਲੋਕਾਂ ਦੀ ਵੋਟਾਂ ਲੁੱਟ ਕੇ ਆਪਦੀ ਜੇਬਾਂ ਭਰਨ ਵਾਸਤੇ ਆਇਆ। ਕੈਪਟਨ ਤੇ ਬੀਜੇਪੀ ਦੀ ਗੱਲ ਕਰ ਰਹੇ ਹੋ? ਕੈਪਟਨ ਔਰ ਬੀਜੇਪੀ ਜਿਹੜੀ ਆਪਸੇ ਗੱਠਜੋੜ ਕਰ ਰਹੀ ਹੈ, ਚੌਥਾ ਦਲ ਜਿਹੜਾ ਪੰਜਾਬ ਦੇ ਇਲੈਕਸ਼ਨ ਜਾ ਰਿਹਾ, ਕਾਂਗਰਸ ਪੂਰੀ ਤਰ੍ਹਾਂ ਬੇਨਕਾਬ ਹੋਈ ਹੈ। ਮੈਂ ਤਾਂ ਪਹਿਲੇ ਕਹਿੰਦੀ ਸੀ ਕਾਂਗਰਸ ਭਾਜਪਾ ਦੇ ਨਾਲ ਰਲੀ ਹੋਈ ਹੈ, ਤੇ ਆਹੀ ਕਾਰਨ ਹੈ ਕਿ ਅੱਜ ਇੰਨਾ ਵੱਡਾ ਕਿਸਾਨੀ ਅੰਦੋਲਨ ਖੜਾ ਹੋਇਆ, ਕਿਉਂਕਿ ਕੈਪਟਨ ਨੇ ਕਾਲੇ ਬਿੱਲਾਂ ਦੀ ਸਹਿਮਤੀ ਦਿੱਤੀ ਸੀ। ਲੋਕਾਂ ਨੂੰ ਲੜਨ ਵਾਸਤੇ ਸੜਕਾਂ 'ਤੇ ਉਤਰ ਕੇ ਸੜਕਾਂ 'ਚ ਸਾਲ ਭਰ ਰਹਿਣ ਨੂੰ ਮਜਬੂਰ ਕਰਤਾ, 700 ਬੰਦੇ ਮਾਰ ਕੇ। ਹੁਣ ਕੈਪਟਨ ਕੀ ਆ ਕੇ ਕਹੂਗਾ ਲੋਕਾਂ ਨੂੰ ਕਿ 5 ਸਾਲ ਮੈਂ ਫੇਲ ਹੋ ਗਿਆ, ਮੇਰੀ ਪਾਰਟੀ ਨੇ ਮੈਨੂੰ ਲਾਤਾ ਤੇ ਅੱਜ ਪੰਜਾਬ ਦੇ ਦੁਸ਼ਮਣਾਂ ਨਾਲ ਮੈਂ ਜਾ ਕੇ ਰਲ ਗਿਆ? ਸੋ ਇਹ ਸਾਰੇ ਹੱਥਕੰਡੇ ਹੁੰਦੇ ਨੇ ਇਹ ਖੇਤਰੀ ਪਾਰਟੀ ਨੂੰ ਖਤਮ ਕਰਨ ਵਾਸਤੇ, ਭਾਵੇਂ ਬੀਜੇਪੀ ਹੋਏ, ਭਾਵੇਂ ਕਾਂਗਰਸ ਹੋਏ, ਭਾਵੇਂ ਇਹ ਦਿੱਲੀ ਦਾ ਕੇਜਰੀਵਾਲ ਹੋਏ, ਇਹ ਦਿੱਲੀ ਦੀ ਪਾਰਟੀਆਂ ਪੰਜਾਬ ਦੀ ਖੇਤਰੀ ਪਾਰਟੀ ਨੂੰ ਖਤਮ ਕਰਕੇ ਪੰਜਾਬ ਦੇ ਉੱਤੇ ਹਕੂਮਤ ਚਲਾਉਣਾ ਚਾਹੁੰਦੀਆਂ।